वालेकुम जी नवीद अंजम साहब, की हाल चाल है तुहाडा? वालेकुम असलाम जी। बिल्कुल अल्लाह का शुक्र है, बहुत अच्छा। आसान नवीद अंजम साहब, अज ना तुहाडी बकरियां दे नरां दे बारे गल करांगे। इस वेले तुहाडा जिहड़ा इज्जड़ है, इहदे च किन्ने नर? दो नर ने जी साडे कोल, जिहड़ा ब्रीडिंग परपज लई। हां जी, ब्रीडिंग वास्ते। ब्रीडिंग वास्ते ते कह खड़ा है साडा। अच्छा जी, इहदा की नां जी? इहदा नां जी असीं शेरू रख्या है। शेरू? हां जी। दिखाओ जी शेरू साहब नूं, दिखाओ कैमरे सामने लियाओ जी। माशाल्लाह, ये किन्ने फुट दा होएगा? ये जी इस टाइम 42-43 इंच है। अच्छा, 42-43 इंच ते उम्र किन्नी है जी इहदी? उम्र 14 है जी। मुंह चों 14 जी। हां जी, ठीक है। ਤੁਹਾਡੇ ਸਾਹਮਣੇ ਤੇ ਕਪੜਾ ਬੰਨਿਆ ਹੋਇਆ ਇਹਨੂੰ? ਇਹ ਜੀ ਆ ਫਿਰ ਨਾ ਜਿਹੜੀ ਬੱਕਰੀ ਨਾ ਲਵਾਣੀ ਹੋਵੇ ਜਲਦੀ ਦੀ ਸੂਈ ਸਾਈ, ਹਾਂ ਫਿਰ ਇਸ ਤੋਂ ਫਿਰ ਕਪੜਾ ਬੰਨਿਆ। ਬੱਕਰੀਆਂ ਬੋਲ ਪੈਂਦੀਆਂ ਨੇ ਵਿੱਚ ਜਲਦੀ ਸੂਈ ਆ। ਅੱਛਾ ਅੱਛਾ, ਮਾਸ਼ਾਅੱਲਾ। ਇਹ ਵੀ ਬੀਤਲ ਦਾ ਜੀ? ਹਾਂ ਜੀ, ਬੀਤਲ ਦਾ, ਆਪਣੇ ਘਰ ਦਾ ਜੀ ਅਸੀਂ। ਘਰ ਦਾ ਤੇ ਇਹਦੀ ਖੁਰਾਕ ਕੀ ਕਰਦੇ ਹੋ ਸਪੈਸ਼ਲ? ਖੁਰਾਕ ਸਪੈਸ਼ਲ ਇਹਦੀ ਜਿਹੜੀ ਹੈ ਨਾ ਜੀ, ਦੂਸਰਾ ਵੀ ਲੈ ਕੇ ਆਇਆ ਕਾਕਾ। ਖੁਰਾਕ ਸਪੈਸ਼ਲ ਕੋ ਦਾਣੇ ਲਾਜ਼ਮੀ ਪਾਈ ਦੇ ਨੇ, ਭਾਵੇਂ ਥੋੜੇ ਪਾਈਏ। ਅੱਛਾ, ਭਾਵੇਂ ਇੱਕ ਪਿਆਲੀ ਪਾਈ। ਦਾਣੇ ਕਾਦੇ? ਕਣਕ ਦੇ ਪਾ ਲੈ, ਚਣਿਆਂ ਦੇ ਪਾ ਲੈ। ਨਹੀਂ, ਉਹ ਭੇਂ ਕੇ ਪਾਈ ਦੇ ਕਿ ਉਦਾਂ ਹੀ ਸੁੱਕੇ ਪਾ ਦੀ ਦੇ? ਮੌਸਮ ਦੇ ਲਿਹਾਜ਼ ਨਾਲ। ਅੱਛਾ ਜੀ, ਹਾਂਜੀ। ਦੂਸਰਾ ਨਰ ਦੇਖੋ ਜੀ। ਅੱਛਾ ਜੀ, ਇਹ ਦੂਸਰਾ ਨਰ? ਇਹ ਜੀ ਦੂਸਰਾ ਨਰ ਵੀ। ਇਹ ਵੀ ਬਰੀਡਿੰਗ ਵਾਸਤੇ ਇਸਤੇਮਾਲ ਹੁੰਦਾ? ਬਰੀਡਿੰਗ ਵਾਸਤੇ। ਜੇ ਤੁਹਾਡੀ ਕੋਈ ਬੱਕਰੀ ਹੀਟ 'ਚ ਆ ਤੇ ਤੁਸੀਂ ਉਹ ਨਰ ਛੱਡ ਦਿਓ ਜਾਂ ਇਹ ਛੱਡ ਦਿਓ, ਕਿਸ ਤਰ੍ਹਾਂ ਫੈਸਲਾ ਕਰਦੇ ਹੋ? ਉਹ ਹੀ ਛੱਡਨੇ ਆ ਤੇ ਬਸ ਫਿਰ ਰੰਗ ਦਾ ਥੋੜਾ ਜਿਹਾ ਫਰਕ ਹੈ, ਜੇ ਕੋਈ ਰੰਗਦਾਰ ਲਾਲ ਰੰਗ ਪਸੰਦ ਕਰੇ ਤੇ ਫਿਰ मतलब जे कोई लाल पसंद करता ओदे लई ए, जे कोई काला पसंद करता ते ए नर छड्डी दा। हांजी, ए नर छड्डी दा। ते तुहाडी अपनी की? अपनी मेरी ए डिमांड है काला रंग। तुहानू काला ही पसंद है, ए तुहाडी प्रेफरेंस है? हांजी, ए मेरी प्रेफरेंस, इस वास्ते मैं अपना ए रख्या है। अच्छा जी, ते एदा की नाम जी? ए बस जी नाम है दा, आम ही है। ए आम ही रख्या होया? हांजी, ओ तुहाडा लाडला? हांजी, ओ लाडला। अच्छा अच्छा, ते तुसी ए मेनू दसो के ए तुहाडा पुत्तर है जी? अच्छा, ए केदा पुत्तर है? ओदा शेरू दा। एदा नाम रख लिया? एदा बगली रख्या। ए बगली है? हांजी। अच्छा जी, ए बगली है? हांजी। अच्छा, तुसी अपने इस नर दे बारे दसो सानू, एदे विच की खसूसियत है? बाकी जेड़े लोकां दे बीतल दे नर है उन्हां तो की मुख्तलिफ है, एदे विच की खूबियां? ਇਹ ਤਾਂ ਜੀ ਇਸ ਤਰ੍ਹਾਂ ਦੇ ਸਾਡੇ ਹਿਸਾਬ ਨਾਲ ਨਾ ਇਹਦੇ ਬੱਚੇ ਠੀਕ ਨੇ। ਅੱਛਾ ਜੀ। ਅਗਾ ਪੱਠਾਂ ਜਿਹੜੀਆਂ ਨੇ ਉਹ ਦੁੱਧ ਵਾਲੀਆਂ ਹੋਣਗੀਆਂ। ਅੱਛਾ ਜੀ, ਤੇ ਇਨਸ਼ਾਅੱਲਾ ਮੁਕਾਬਲੇ 'ਚ ਵੀ ਜਾਣਗੀਆਂ। ਅੱਛਾ ਜੀ, ਇਹ ਸਾਡਾ ਅੰਦਾਜ਼ਾ ਹੈ। ਨਹੀਂ, ਇਹਦੀ ਕੋਈ ਬੱਕਰੀ ਉਹਦੀ ਕਿੰਨੀ ਹੋ ਜਾਂਦੀ ਹੈ ਦੁੱਧ ਦੀ ਪੈਦਾਵਾਰ? ਇਸ ਇਹਦੀ ਮਾਂ ਦੀ ਪੈਦਾਵਾਰ 4-4.5 ਕਿਲੋ ਹੈ। ਇਹਦੀ ਮਾਂ ਦੀ 4.5 ਕਿਲੋ? 4-4.5 ਕਿਲੋ ਡੇਲੀ, ਝੂਠ ਬੋਲ ਕੇ ਫਾਇਦਾ ਕੋਈ ਨਹੀਂ। ਠੀਕ ਹੈ ਜੀ। ਇਹਦੀ ਮਾਂ ਜੀ? ਮਾਸ਼ਾਅੱਲਾ। ਇਹਦੀ ਕਿੰਨੀ ਕੁ ਉਮਰ ਹੋਏਗੀ? ਇਹ ਅਜੇ ਹੁਣ ਲਵੀ ਹੈ, ਦੂਜਾ ਸੂਆ ਇਹਨੇ ਪਾਉਣਾ, ਪਹਿਲੇ ਦਾ ਉਹ ਹੈ ਤੇ ਦੂਜੇ ਦੀ ਇਹ ਪਾਠੇ ਹੈ। ਇਹਦੀ ਘਾਟੀ ਬਰੀਡਿੰਗ ਕਰਾਉਂਦੇ ਹੋ? ਹਾਂ ਜੀ, ਘਾਟੀ। ਅੱਛਾ ਜੀ, ਸਾਲ ਬਾਅਦ ਇੱਕ ਸੂਆ। ਅੱਛਾ ਅੱਛਾ ਅੱਛਾ, ਇਹ ਕੁੱਤਾ ਤੁਸੀਂ ਬੱਕਰੀਆਂ ਦੇ ਹਿਫਾਜ਼ਤ ਵਾਸਤੇ, ਮੈਂ ਨੋਟ ਕੀਤਾ, ਬੱਕਰੀਆਂ ਨੂੰ ਬਾਹਰ ਨਹੀਂ ਜਾਣ ਦਿੰਦਾ? ਹਾਂ ਜੀ, ਬੱਕਰੀਆਂ ਨੂੰ ਬਾਹਰ ਨਹੀਂ ਜਾਣ ਦਿੰਦਾ ਤੇ ਵੈਸੇ ਵੀ ਗਿੱਦੜ, ਸੱਪ, ਗੋ, ਸੇ ਸਾਰੀਆਂ ਚੀਜ਼ਾਂ ਨੂੰ ਪੈ ਪੂ ਜਾਂਦਾ ਪੂਰਾ ਖਿਆਲ। ਹਾਂ ਜੀ, ਖਿਆਲ ਦੂਸਰੇ ਬੰਦੇ ਨੂੰ ਵੀ ਨਹੀਂ ਆਣ ਦਿੰਦਾ। ਅੱਛਾ ਅੱਛਾ, ਬੜਾ ਸਮਝਦਾਰ ਕੁੱਤਾ ਹੈ। ਤੇ ਬੱਚੇ ਤੁਹਾਡੇ ਨਾਲ ਹੈ ਜੀ? ਇਹ ਜੀ ਨਾਲ ਨੇ, ਮਾਸ਼ਾਅੱਲਾ। ਮਾਸ਼ਾਅੱਲਾ ਜੀ, ਕੀ ਨਾਂ ਕਾਕਾ ਤੇਰਾ? ਮੇਰਾ ਨਾਮ ਉਸਮਾਨ। ਉਸਮਾਨ? ਉਸਮਾਨ ਤੇ ਤੁਹਾਡਾ? ਅਬਦੁੱਲਾ। ਤੇ ਤੁਹਾਡਾ ਕਾਕਾ ਜੀ? ਮੁਬਸ਼ਰ। ਮੁਬਸ਼ਰ। ਤੇ ਰਾਣਾ ਇਮਰਾਨ ਸਾਹਿਬ ਵੀ ਆ, ਇਹ ਵੀ ਬੱਕਰੀਆਂ ਦੇ ਬਹੁਤ ਮਾਹਰ ਹੈ, ਚੈਂਪੀਅਨ ਨੇ। ਅੱਛਾ, ਤੇ ਅਸੀਂ ਨਰ ਦੀ ਗੱਲ ਕਰ ਰਹੇ ਸੀ, ਇਹਦੀ ਖੂਬੀਆਂ ਹੋਰ? ਖੂਬੀਆਂ ਜੀ ਸਭ ਤੋਂ ਅੱਛੀਆਂ ਇਹ ਨੇ, ਬਾ ਗੱਲਾਂ ਲਾਉਣ ਵਾਲਾ। ਹਾਂਜੀ, ਇਹ ਮਾਂ ਨੂੰ ਵੀ ਚੰਗਾ, ਪਿਓ ਨੂੰ ਵੀ ਚੰਗਾ। ਇਹਦੇ ਸਿੰਘ ਮੈਂ ਦੇਖ ਰਿਹਾ ਤੁਸੀਂ ਬਣਾਏ ਆ? ਬਣਾਏ ਸਿੰਘ, ਮੋਟਾ ਹੋਣਾ ਚਾਹੀਦਾ ਨੀ ਜੀ? ਹਾਂਜੀ ਹਾਂਜੀ, ਤੇ ਮਾਸ਼ਾਅੱਲਾ ਸੋਹਣਾ ਸਿੰਘ, ਮੋਟਾ ਵੇਖੋ ਨਾ ਜੀ। ਇਹ ਕੱਟੇ ਇਸ ਲਈ ਸੀ ਤੁਸੀਂ ਤਾਂ ਕਿ ਮੋਟੇ ਹੋ ਜਾਣ? ਨਹੀਂ ਨਹੀਂ, ਹਾਂਜੀ ਇਹ ਨਾ ਫਿਰ ਇੱਥੇ ਰੁਕ ਗਏ ਨਾ, ਬਾਅਦ ਲੰਮੇ ਫਿਰ ਮਾਰਦੇ ਨਾ ਬੱਕਰੀਆਂ ਨੂੰ, ਜਾਂ ਫਿਰ ਬੱਕਰੇ ਦਾ ਜ਼ਖਮੀ ਹੋਣ ਦਾ ਖਤਰਾ ਹੁੰਦਾ, ਤੇ ਇਹਦੇ ਲਈ ਤੁਸੀਂ ਬਣਾਏ ਆ? ਹਾਂਜੀ ਜੀ, ਅੱਲਾਹ ਤਾਲਾ ਇਹਨੂੰ ਸਿਹਤ ਤੰਦਰੁਸਤੀ ਦੇ, ਨਾਲੇ ਤੁਹਾਨੂੰ ਦੇਵੇ। ਤੁਸੀਂ ਸਾਡੀ ਕੌਮ ਦਾ ਸਾਸਾ ਹੋ, ਇਹ ਜਿਹੜੀ ਖਿਦਮਤ ਤੁਸੀਂ ਕਰ ਰਹੇ ਹੋ ਨਾ, ਇਹਦੀ ਅਹਿਮੀਅਤ ਦਾ ਇਦਰਾਕ ਆਮ ਬੰਦੇ ਨਹੀਂ ਕਰ ਸਕਦੇ। ਇਹ ਸਾਡਾ ਅਸਾਸਾ ਮੁਲਕ ਦਾ, ਜਿਹੜੇ ਜਾਨਵਰ ਹੈ ਖਾਸ ਤੌਰ 'ਤੇ ਬੱਕਰੀਆਂ, ਇਹਦੀ ਤੁਸੀਂ ਖਿਦਮਤ ਕਰ ਰਹੇ ਹੋ, ਸੇਵਾ ਕਰ ਰਹੇ ਹੋ, ਅੱਲਾਹ ਤਾਲਾ ਜਜ਼ਾ ਦੇ। ਅਤੇ ਸਾਡੇ ਨਬੀ ਪਾਕ ਸੱਲ ਸਲਮ ਦੀ ਸੁਨਤ ਵੀ ਹੈ। ਅੱਛਾ ਜੀ, ਸ਼ੁਕਰੀਆ ਜੀ ਨਵੀਦ ਸਾਹਿਬ, ਤੁਹਾਡਾ ਨੰਬਰ ਅਸੀਂ ਦੇ ਦਾਂਗੇ ਡਿਸਕ੍ਰਿਪਸ਼ਨ 'ਤੇ, ਅਤੇ ਸਾਡੇ ਕਿਸੇ ਨਾਜ਼ਰੀਨ ਨੂੰ ਇਸ ਨਰ ਦਾ ਬੱਚਾ ਚਾਹੀਦਾ, ਉਹ ਤੁਹਾਡੇ ਨਾਲ ਲੈਣ ਦੇਣ ਕਰ ਲਏਗਾ। ਠੀਕ ਹੈ।